ਇਸ ਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਇਹ ਗੱਲ 100% ਸੱਚ ਹੈ ਜਿਸ ਨੇ ਕੰਮ ਨਹੀਂ ਕਰਨਾ ਉਹਨੇ ਵਿਦੇਸ਼ ਜਾ ਕੇ ਵੀ ਨਹੀਂ ਕਰਨਾ ਯੂਸਫ ਪੌਲਟੀ ਫਾਰਮ ਦੇ ਵਿੱਚ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਜੋ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਬੈਲ ਆਈਕਨ ਨੂੰ ਪ੍ਰੈਸ ਕਰ ਸਕਦਾ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਅੱਜ ਆਪਾਂ ਗੱਲ ਕਰਾਂਗੇ ਕਿ ਮੁਰਗੀ ਪਾਲਣ ਕਰਨਾ ਕਿੰਨਾ ਪ੍ਰੋਫਿਟੇਬਲ ਬਿਜ਼ਨਸ ਹੈ ਕਿਸਾਨ ਵੀਰੋ ਮੁਰਗੀ ਪਾਲਣ ਜਿਹੜਾ ਬਿਜ਼ਨਸ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਹੈ ਥੋੜੇ ਟਾਈਮ ਦੇ ਵਿੱਚ ਤੁਸੀਂ ਵਧੀਆ ਮੁਨਾਫਾ ਕਮਾ ਸਕਦੇ ਹੋ ਅਸੀਂ ਨਹੀਂ ਕਹਿੰਦੇ ਤੁਸੀਂ ਹਜ਼ਾਰ ਚੂਚਾ ਪਾਵੋ 2000 ਪਾਵੋ 5 ਪਾਵੋ ਅਸੀਂ ਇਹ ਕਹਿੰਦੇ ਹਾਂ ਕਿਸਾਨ ਵੀਰੋ ਤੁਸੀਂ ਸਿਰਫ ਚਾਹੇ 100 ਚੂਚੇ ਤੋਂ ਸ਼ੁਰੂ ਕਰ ਲਓ 100 ਚੂਚੇ ਤੋਂ ਹੀ ਤੁਹਾਨੂੰ ਪ੍ਰੋਫਿਟ ਲਾਸ ਦਾ ਪਤਾ ਲੱਗ ਜਾਣਾ ਹੈ ਕਿਸਾਨ ਵੀਰੋ 100 ਚੂਚਾ ਹੀ ਤੁਹਾਨੂੰ ਸੋਨੇ ਪੈਸੇ ਛੱਡ ਕੇ ਜਾਊਗਾ ਤੇ ਅਸੀਂ ਯਕੀਨ ਕਰਦੇ ਹਾਂ ਕਿ ਤੁਸੀਂ ਵਾਕਿਆ ਇੰਟਰਸਟਿਡ ਹੋਮੂਗੇ ਹੋਰ ਚੂਚੇ ਰੱਖਣ ਦੇ ਵਿੱਚ ਕਿਸਾਨ ਵੀਰੋ ਜਦੋਂ ਅਸੀਂ ਵੀ ਸ਼ੁਰੂਆਤ ਕੀਤੀ ਸੀ ਕਿਸੇ ਟਾਈਮ ਦੇ ਵਿੱਚ ਅਸੀਂ ਵੀ 100 ਚੂਚਿਆਂ ਤੋਂ ਹੀ ਸ਼ੁਰੂਆਤ ਕੀਤੀ ਸੀ ਅਗਰ ਆਪਾਂ ਗੱਲ ਕਰੀਏ ਕਿ ਤੁਸੀਂ ਕਿਹੜਾ ਕਿਹੜਾ ਪ੍ਰੋਫਿਟ ਵਾਲਾ ਬਿਜ਼ਨਸ ਇਹਦੇ ਵਿੱਚ ਕਰ ਸਕਦੇ ਹੋ ਪ੍ਰੋਫਿਟ ਕਿੱਦਾਂ ਕੱਢ ਸਕਦੇ ਹੋ ਤੁਸੀਂ ਆਂਡਿਆਂ ਦਾ ਵਪਾਰ ਕਰ ਸਕਦੇ ਹੋ ਪੋਲਟਰੀ ਫਾਰਮਿੰਗ ਦੇ ਵਿੱਚ ਦੇਸੀ ਆਂਡਿਆਂ ਦਾ ਬਹੁਤ ਹੀ ਵਧੀਆ ਰੇਟ ਮਿਲਦਾ ਹੈ ਤੁਸੀਂ ਵੀ ਜਾਣਦੇ ਹੋ ਕਿ ਕਿੰਨੀ ਡਿਮਾਂਡ ਰਹਿੰਦੀ ਹੈ ਦੇਸੀ ਅੰਡਿਆਂ ਦੀ ਠੰਡ ਦੇ ਮੌਸਮ ਦੇ ਵਿੱਚ ਤਾਂ ਬਹੁਤ ਹੀ ਜ਼ਿਆਦੀ ਰਹਿੰਦੀ ਆ ਬਾਕੀ ਰੈਗੂਲਰ ਵੀ ਵਿਕਦੇ ਰਹਿੰਦੇ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੇ ਅਕਸਰ ਵੀਰੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਦਾਂ ਆਪਣੀਆਂ ਟਰੀਆਂ ਵਗੈਰਾ ਖਾਲੀ ਲਿਆ ਕੇ ਉਸ ਤੋਂ ਬਾਅਦ ਭਰ ਕੇ ਇਹਨੂੰ ਸੇਲ ਕਰ ਸਕਦੇ ਹੋ ਕਈ ਕਿਸਾਨ ਵੀਰ ਜਿਹੜੇ ਮੀਟ ਪਰਪਸਲੀ 버ਡਸ ਰੱਖਣਾ ਚਾਹੁੰਦੇ ਹਨ ਉਹ ਡਬਲ ਐਫ ਜੀ ਰੱਖ ਸਕਦੇ ਹਨ ਡਬਲ ਐਫ ਜੀ ਦਾ ਮਤਲਬ ਹੀ ਹੁੰਦਾ ਫਾਸਟ ਫਾਸਟ ਗਰੋਥ ਇਹ ਜਿਹੜਾ 버ਡ ਆ ਤੁਹਾਨੂੰ ਪਹਿਲਾ 버ਡ ਅਸੀਂ ਦਿਖਾਇਆ ਉਹਦੇ ਨਾਲੋਂ ਡਿਫਰੈਂਟ ਜ਼ਰੂਰ ਲੱਗਿਆ ਹੋਊਗਾ ਇਹ ਵਾਲਾ ਜਿਹੜਾ 버ਡ ਆ ਇਹ ਅਲੱਗ 버ਡ ਹੈ ਇਹ ਮੀਟ ਪਰਪਸ ਵਾਸਤੇ ਕਿਸਾਨ ਵੀਰ ਉਹ ਰੱਖਿਆ ਜਾਂਦਾ ਇਹ ਬਹੁਤ ਹੀ ਜਲਦੀ ਗਰੋਥ ਕਰ ਜਾਂਦਾ ਜੇ ਤੁਸੀਂ ਇਹਨੂੰ ਫੀਡ ਤੇ ਰੱਖ ਦਿਓ ਇਹ ਤਕਰੀਬਨ 2 ਮਹੀਨੇ ਦੇ ਵਿੱਚ 2 ਕਿਲੋ ਦਾ ਹੋ ਜਾਂਦਾ ਜੀ 2 ਕਿਲੋ ਪਲੱਸ ਦਾ ਵੀ ਹੋ ਜਾਂਦਾ ਪ੍ਰੋਪਰ ਵਧੀਆ ਤਰੀਕੇ ਨਾਲ ਫੀਡ ਤੇ ਤੁਸੀਂ ਰੱਖਦੇ ਹੋ ਤੇ ਜੇ ਆਪਾਂ ਹੁਣ ਗੱਲ ਕਰੀਏ ਕਿ ਇਹ ਬਰਡਸ ਆਂਡੇ ਦਿੰਦੇ ਹਨ ਛੂਟੇ ਆਂਡੇ ਆ ਤੇ ਆਉਂਦੇ ਹਨ ਜਦੋਂ ਗਰੋਥ ਕਰਕੇ ਵੱਡੇ ਹੋ ਜਾਂਦੇ ਹਨ ਜੀ ਹਾਂ ਕਿਸਾਨ ਵੀਰੋ ਇਹ ਬਰਡਸ ਆਂਡੇ ਤੇ ਆਉਂਦੇ ਹਨ ਇਹ 4.5 ਮਹੀਨੇ ਦੇ ਟਾਈਮ ਪ੍ਰੋਸੈਸ ਤੋਂ ਬਾਅਦ ਇਹ ਆਂਡੇ ਤੇ ਆਉਂਦੇ ਹਨ ਇਹ ਬਰਡ ਆਂਡੇ ਵਾਸਤੇ ਵੀ ਰੈਡੀ ਕੀਤਾ ਜਾ ਸਕਦਾ ਹੈ ਪਰ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਜਿਸਨੇ ਵੀ ਆਂਡੇ ਦਾ ਵਪਾਰ ਕਰਨਾ ਹੈ ਉਹ ਬਲੈਕ ਕਾਸਟੋਲੋਬ ਬਰੀਡ ਪਾਵੇ ਜਾਂ ਆਰ ਆਈ ਆਰ ਬਰੀਡ ਰੱਖੇ ਇਹ ਦੋਨੋਂ ਹੀ ਆਂਡੇ ਵਾਸਤੇ ਬਹੁਤ ਹੀ ਵਧੀਆ ਬਰੀਡ ਮੰਨੀਆਂ ਜਾਂਦੀਆਂ ਹਨ ਜਿਹੜੀ ਆਰ ਆਈ ਆਰ ਹੈ ਉਹ 280 ਸਾਲ ਦੇ ਪਲੱਸ ਉਹ ਦੂ ਆਂਡੇ ਦਿੰਦੀ ਹੈ 280 ਪਲੱਸ ਆਂਡੇ ਦਿੰਦੀ ਹੈ ਸਾਲਾਨਾ ਤੇ ਜੇ ਆਪਾਂ ਗੱਲ ਕਰੀਏ ਬਲੈਕ ਕਾਸਟੋਲੋਬ ਦੀ ਇਹ 330 ਆਂਡੇ ਸਾਲਾਨਾ ਦਿੰਦੀ ਹੈ ਇਹ ਬਰੀਡ ਫਾਰਮਿੰਗ ਕਰਨ ਦੇ ਵਿੱਚ ਪੋਲਟਰੀ ਫਾਰਮਿੰਗ ਕਰਨ ਦੇ ਵਿੱਚ ਬਹੁਤ ਹੀ ਅੱਛੀਆਂ ਬਰੀਡਾਂ ਹਨ ਗੱਲ ਆਪਾਂ ਜੇ ਕਰੀਏ ਕੜਕਨਾਥ ਦੀ ਕੜਕਨਾਥ ਵੀ ਲੋਕੀ ਆਂਡੇ ਵਾਸਤੇ ਜੋ ਸ਼ੌਕੀਆ ਤੌਰ ਤੇ ਰੱਖਦੇ ਹਨ ਬਟ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਅਗਰ ਤੁਸੀਂ ਮੀਟ ਪਰਪਸ ਵਾਸਤੇ ਜਾਂ ਜਲਦੀ ਪ੍ਰੋਫਿਟ ਲੈਣਾ ਹੈ ਤੁਸੀਂ ਡਬਲ ਐਫਜੀ ਬਰੀਡ ਰੱਖੋ ਡਬਲ ਐਫਜੀ ਜਿਹੜੀ ਬਰੀਡ ਹੈ ਇਹ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਇਹ ਮੀਟ ਵਾਸਤੇ ਤਿਆਰ ਹੋ ਜਾਂਦੀ ਹੈ ਤੁਸੀਂ ਖੁਦ ਵੀ ਡਾਇਰੈਕਟ ਵੀ ਸੇਲ ਕਰ ਸਕਦੇ ਹੋ ਤੁਸੀਂ ਡੀਲਰਸ ਨੂੰ ਵੀ ਦੇ ਸਕਦੇ ਹੋ ਤੁਹਾਨੂੰ ਸੋਨੇ ਪੈਸੇ ਛੱਡ ਕੇ ਇਹ ਬਰੀਡ ਜਾਂਦੀ ਹੈ ਦੇਖੋ ਕਿਸਾਨ ਵੀਰੋ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਹੁੰਦਾ ਕਿ ਸਾਨੂੰ ਜਲਦੀ ਪੈਸਾ ਮਿਲੇ ਜਲਦੀ ਪੈਸਾ ਆਵੇ ਅਗਰ ਤੁਸੀਂ ਜਲਦੀ ਪ੍ਰੋਫਿਟ ਚਾਹੁੰਦੇ ਹੋ ਤੇ ਤੁਹਾਨੂੰ ਡਬਲ ਐਫ ਜੀ ਬਰੀਡ ਰੱਖਣੀ ਪੈਣੀ ਹੈ ਅਗਰ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਆਂਡਿਆਂ ਦਾ ਵਪਾਰ ਕਰਨਾ ਹੈ ਤੇ ਤੁਸੀਂ ਆਰ ਆਈ ਆਰ ਵਾਲੇ ਬੰਨੇ ਜਾਓ ਗੱਲ ਕਰੀਏ ਆਪਾਂ ਕਿੰਨੇ ਖਰਚੇ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ ਬਰੀਡ ਇਹ ਵੀ بڑے ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦਾ ਹੋਵੇਗਾ ਕਿਸਾਨ ਵੀਰੋ ਅਗਰ ਤੁਸੀਂ ਇਹਨੂੰ ਪ੍ਰੋਪਰ ਪ੍ਰੋਪਰ ਫੀਡ ਤੇ ਰੱਖ ਦਿਓ ਇਹ ਤਕਰੀਬਨ 160 ਤੋਂ 70 ਰੁਪਏ ਦੇ ਵਿੱਚ ਰੈਡੀ ਹੋ ਜਾਂਦੀ ਹੈ ਬ੍ਰੀਡ ਅਸੀਂ ਤੁਹਾਨੂੰ ਦੱਸ ਦਈਏ ਚੂਚੇ ਦੀ ਕਾਸਟਿੰਗ ਪਾ ਕੇ ਵੈਕਸੀਨ ਦੀ ਕਾਸਟਿੰਗ ਪਾ ਕੇ ਹਰ ਇੱਕ ਕੋਸਟ ਅਸੀਂ ਕੱਢੀ ਹੋਈ ਆ ਇੱਕ ਬਰਡ ਨੂੰ ਰੈਡੀ ਹੋਣ ਤੇ 2 ਮਹੀਨੇ ਦਾ ਜਿਹੜਾ ਇੱਥੇ ਖਰਚਾ ਹੁੰਦਾ ਹੈ ਬਰਡ ਤੇ ਉਹ ਕਿਸਾਨ ਵੀਰੋ 200 ਰੁਪਇਆ ਹੁੰਦਾ ਹੈ ਜੀ ਹਾਂ 200 ਰੁਪਇਆ ਖਰਚਾ ਹੁੰਦਾ ਹੈ ਇੱਕ ਬਰਡ ਨੂੰ ਰੈਡੀ ਕਰਨ ਤੇ ਅਗਰ ਤੁਸੀਂ ਇਹ 200 ਰੁਪਏ ਦੇ ਵਿੱਚੋਂ ਵੀ ਆਪਣੇ ਪੈਸੇ ਕੁਝ ਬਚਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਈ ਕਿਸਾਨ ਵੀਰ ਕਹਿੰਦੇ ਆ ਕਿ ਅਸੀਂ ਆਪਦੀ ਘਰ ਦੇ ਦਾਣੇ ਤੇ ਰੈਡੀ ਕਰ ਲਾਂਗੇ ਘਰ ਦੇ ਕਿਸੇ ਵੀ ਹੋਰ ਚੀਜ਼ ਤੇ ਚਾਰੇ ਤੇ ਰੈਡੀ ਕਰ ਲਾਂਗੇ ਪਰ ਕਿਸਾਨ ਵੀਰੋ ਅਸੀਂ ਤੁਹਾਨੂੰ ਦੱਸ ਦਈਏ ਤੁਸੀਂ 15 20 ਦਿਨ ਬਰਡ ਨੂੰ ਫੀਡ ਪਾਉਣੀ ਹੀ ਪਾਉਣੀ ਹੈ ਕਿਉਂਕਿ ਬਰਡ ਦੀ ਜਿਹੜੀ ਗਰੋਥ ਆ ਬਹੁਤ ਅੱਛੀ ਹੋ ਜੂਗੀ 15 20 ਦਿਨ ਜੇ ਤੁਸੀਂ ਪਹਿਲੇ 15 20 ਦਿਨ ਹੀ ਪ੍ਰੋਪਰ ਕੇਅਰ ਨਾ ਕਰ ਸਕੇ ਤੁਹਾਡਾ ਬਰਡ ਜਿਆਦਾ ਫਿਰ ਨਹੀਂ ਵਧਣਾ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਬਰਡ ਜਿਹੜਾ ਵਾ ਇਹ ਰੈਡੀ ਹੋ ਗਿਆ ਵਾ ਇਹ ਸਟੇਜ ਦੇ ਵਿੱਚ ਆ ਰੈਡੀ ਸਟੇਜ ਦੇ ਵਿੱਚ ਆ ਬਰਡ ਆ ਤੁਸੀਂ ਦੇਖ ਸਕਦੇ ਹੋ ਡਬਲ ਐਫ ਦੀ ਬਰਡ ਇਹਦੀ ਗਰੋਥ ਕਿੰਨੀ ਅੱਛੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਬਰਡ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਦੇ ਫਾਰਮ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਸਫਾਈ ਕਰਨੀ ਹੈ ਡਰਿੰਕਰ ਫੀਡਰ ਪ੍ਰੋਪਰ ਕਲੀਨ ਕਰਨੇ ਹਨ ਸਾਰਿਆਂ ਤੁਸੀਂ ਦੇਖਣਾ ਹੈ ਕਿ ਤੁਹਾਡੀਆਂ ਛੱਤਾਂ ਵੀ ਕਲੀਨ ਹੋਣ ਤੁਸੀਂ ਪਤਾ ਕਿੱਦਾਂ ਗੱਲ ਆ ਤੁਸੀਂ ਜਾਣਦੇ ਹੋ ਕਿ ਜਿੱਥੇ ਸਫਾਈ ਉੱਥੇ ਖੁਦਾਈ ਕਹਾਵਤ ਹੈ ਤੁਸੀਂ ਸੁਣੀ ਹੋਊਗੀ ਕਿਸਾਨ ਵੀਰੋ ਤੁਹਾਨੂੰ ਅਸੀਂ ਦੱਸ ਦਈਏ ਕਿ ਜਿੱਥੇ ਆਪਾਂ ਕੰਮ ਕਰਨਾ ਹੈ ਡੇਲੀ ਰਹਿਣਾ ਹੈ ਜਿੱਥੋਂ ਸਾਨੂੰ ਕਮਾਈ ਹੋਣੀ ਹੈ ਉੱਥੇ ਤੁਸੀਂ ਸਫਾਈ ਜ਼ਰੂਰ ਕਰਨੀ ਹੈ ਤੁਸੀਂ ਇਹ ਵੀਡੀਓ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਭੇਜ ਸਕਦੇ ਹੋ ਸਾਡੇ ਨਾਲ ਕਈ ਭੈਣਾਂ ਵੀ ਕੰਮ ਕਰਦੀਆਂ ਹਨ ਕਈ ਭਾਈ ਕੰਮ ਕਰਦੇ ਹਨ ਕਈ ਬਜ਼ੁਰਗ ਕੰਮ ਕਰਦੇ ਹਨ ਕਿਉਂ ਕਿ ਪ੍ਰੋਫਿਟ ਜਦੋਂ ਆਉਂਦਾ ਵੈ ਜਦੋਂ ਪੈਸਾ ਕਿਸੇ ਨੂੰ ਵੀ ਮਾੜਾ ਨਹੀਂ ਲੱਗਦਾ ਪੈਸਾ ਹਰ ਇੱਕ ਇਨਸਾਨ ਨੂੰ ਵਧੀਆ ਲੱਗਦਾ ਕਿ ਮੇਰੇ ਕੋਲ ਪੈਸਾ ਆਵੇ ਕਿਸਾਨ ਵੀਰੋ ਅਸੀਂ ਤੁਹਾਨੂੰ ਦੱਸ ਦਈਏ ਕਿ ਮੁਰਗੀ ਪਾਲਣ ਦਾ ਕੰਮ ਤੰਦਾਬ ਬਿਜ਼ਨਸ ਬਹੁਤ ਹੀ ਜ਼ਿਆਦਾ ਪ੍ਰੋਫਿਟ ਵਾਲਾ ਬਿਜ਼ਨਸ ਹੈ ਕੋਈ ਵੀ ਐਸਾ ਜੇ ਆਪਾਂ ਲਾਈਏ ਕਿ 2 ਮਹੀਨੇ ਦੇ ਵਿੱਚ ਸਾਨੂੰ ਕਮਾਈ ਦੇਣ ਵਾਲਾ ਕੋਈ ਵੀ ਤਾਂ ਦਾ ਹੋਰ ਆਪਣੇ ਪੋਲਟਰੀ ਲਾਈਨ ਦੇ ਵਿੱਚ ਜਾਂ ਜੇ ਆਪਾਂ ਲਾਈਵ ਸਟਾਕ ਦੇ ਵਿੱਚ ਲਾ ਲਈਏ ਕੋਈ ਨਹੀਂਗਾ ਸਭ ਤੋਂ ਵਧੀਆ ਜਿਹੜਾ ਬੈਸਟ ਬਿਜ਼ਨਸ ਹੈ ਪੁਲਟਰੀ ਦਾ ਵਾ ਅਗਰ ਤੁਹਾਨੂੰ ਅੱਛਾ ਲੱਗਦਾ ਤੇ ਤੁਸੀਂ ਪਾ ਸਕਦੇ ਹੋ ਅਗਰ ਕਿਸੇ ਨੂੰ ਡਬਲ ਐਫ ਜੀ ਦੇ ਚਿਕਸ ਚਾਹੀਦੇ ਹੋਣ ਉਹ ਸਾਡੇ ਤੋਂ ਚਿਕਸ ਲੈ ਸਕਦਾ ਹੈ ਅਗਰ ਕਿਸੇ ਨੂੰ ਆਰ ਆਈ ਆਰ ਦੇ ਚਿਕਸ ਚਾਹੀਦੇ ਹੋਣ ਉਹ ਆਰ ਆਈ ਆਰ ਦੇ ਲੈ ਸਕਦਾ ਹੈ ਅਗਰ ਕਿਸੇ ਨੂੰ ਕਟਕਨਾਥ ਦੇ ਚਿਕਸ ਚਾਹੀਦੇ ਹੋਣ ਉਹ ਕਟਕਨਾਥ ਦੇ ਚਿਕਸ ਲੈ ਸਕਦਾ ਹੈ ਇਹ ਜੋ ਤੁਸੀਂ ਬਰਡ ਦੇਖ ਰਹੇ ਹੋ ਕਿਸਾਨ ਵੀਰੋ ਇਹ ਕਟਕਨਾਥ ਨਹੀਂਗਾ ਤੁਹਾਨੂੰ ਇਹ ਭੁਲੇਖਾ ਨਾ ਪੈ ਜਾਏ ਇਹਦੀ ਲਾਲ ਕਲਗੀ ਆ ਇਹਦੀ ਬਲੈਕ ਜਿਹੜਾ ਵਾ ਬਲੈਕ ਇਹਦੇ ਖੰਭ ਵਾ ਇਹ ਬਲੈਕ ਇਹਦੀ ਸਕਿਨ ਨਹੀਂ ਗਈ ਠੀਕ ਹੈ ਜੀ ਇਹ ਦੇਸੀ ਵਰਡ ਹੈ ਇਹ ਆਸਟ੍ਰੇਲੀਆ ਦੀ ਬੀਡ ਬਰੀਡਾ ਜਿਸ ਕਿਸਾਨ ਵੀਰ ਨੂੰ ਚੂਚੇ ਚਾਹੀਦੇ ਹੋਣ ਜਾਂ ਉਹ ਚਾਹੁੰਦੇ ਹਨ ਕਿ ਸਾਡਾ ਭੈਣ ਭਾਈ ਰਿਸ਼ਤੇਦਾਰ ਇਹ ਵਪਾਰ ਕਰ ਲਵੇ ਤੇ ਸਾਡਾ ਨੰਬਰ ਤੇ ਵੀਡੀਓ ਜਰੂਰ ਉਹਨਾਂ ਤੱਕ ਸ਼ੇਅਰ ਕਰ ਦਿਓ ਅਸੀਂ ਉਹਨਾਂ ਨੂੰ ਸਹੀ ਗਾਈਡ ਕਰਾਂਗੇ ਪ੍ਰੋਪਰ ਨੋਲੇਜ ਦਵਾਂਗੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਧੰਨ